ਮੰਗਾਂ ਤਾਂ ਛੱਡੋ, ਕੀ ਮੰਗਣੀਆਂ, ਸਾਡੇ 'ਤੇ ਜਬਰ ਕੀਤਾ, ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ, 450 ਕਿਸਾਨ ਜ਼ਖਮੀ ਹੋਇਆ, ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ। ਗੋਲੀਆਂ ਮਾਰਨ ਵਾਲੀ ਸਰਕਾਰ ਨੂੰ, ਜਬਰ ਕਰਨ ਵਾਲੀ ਸਰਕਾਰ ਨੂੰ ਕੋਈ ਵੀ ਦੇਸ਼ ਦਾ ਕਿਸਾਨ ਮਜ਼ਦੂਰ ਦੋਹਰੇ ਸੱਤਾ 'ਚ ਨਹੀਂ ਲਿਆਉਣਾ ਚਾਹੁੰਦਾ ਹੈਗਾ। ਸੁਨੀਲ ਜਾਖੜ ਵੀ ਤਾਂ ਕਾਂਗਰਸ ਦੀ ਪਤਾ ਵਿੱਚ, ਉਹਨਾਂ ਨੂੰ ਜਿਹੜੀਆਂ ਵੋਟ ਪ੍ਰਸੈਂਟ ਮਿਲਿਆ ਉਹ ਵੀ ਦੂਜੀਆਂ। ਹਾਂ, ਤੁਸੀਂ ਹੰਸਰਾਜ ਉਹਨਾਂ ਦੇ ਪੱਕੇ ਸੀਗੇ, ਉਹਨਾਂ ਦਾ ਵੋਟ ਪ੍ਰਸੈਂਟ ਕੱਢ ਲਓ। ਚੋਣ ਤੋਂ ਬਾਅਦ ਤਮਾਮ ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈਏ, SKM ਨੋਨ ਪੋਲੀਟੀਕਲ ਤੇ ਨਾਲ ਹੀ ਕਿਸਾਨ ਮਜ਼ਦੂਰ ਏਕਤਾ ਮੋਰਚਾ, ਯਾਨੀ ਕਿ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ। ਹਾਲਾਂਕਿ MSP ਨੂੰ ਲੈ ਕੇ ਤੇ ਹੋਰ ਤਮਾਮ ਮੁੱਦੇ ਨੂੰ ਲੈ ਕੇ ਜਿਹੜਾ ਹੈ ਮੋਰਚਾ ਲਗਾਤਾਰ ਜਾਰੀ ਰਿਹਾ, ਲੇਕਿਨ ਹੁਣ ਗੱਲਬਾਤ ਕਰਦੇ ਕਿ ਚੋਣਾਂ ਤੋਂ ਬਾਅਦ ਆਖਿਰ ਕਿਸਾਨ ਜਥੇਬੰਦੀ ਨੂੰ ਕੀ ਲੱਗਦਾ ਕਿ ਜਿਹੜਾ ਹੁਣ BJP ਦਾ ਜੋ ਹਸ਼ਰ ਇਹਨਾਂ ਚੋਣਾਂ ਦੇ ਵਿੱਚ ਹੋਇਆ। ਪੰਦੇਰ ਸਾਹਿਬ, BJP ਜਿਸ ਤਰੀਕੇ ਪਹਿਲਾਂ ਜਿਸ ਮੈਂਡੇਟ ਦੇ ਨਾਲ ਸੀ, ਤੁਹਾਨੂੰ ਲੱਗਦਾ ਕਿ ਕਿਸਾਨ ਅੰਦੋਲਨ ਦਾ ਜਿਹੜਾ ਉੱਤਰ ਭਾਰਤ ਦੇ ਵਿੱਚ ਅਸਰ ਹੋਇਆ ਉਹ ਭਾਜਪਾ ਤੇ ਜ਼ਰੂਰ? ਕਿਉਂ ਨਹੀਂ, ਦੇਖੋ ਨਾ, ਅਸੀਂ ਤਾਂ ਮੰਗਾਂ ਲੈ ਕੇ ਆਏ ਹਾਂ ਹਰ ਸਰਕਾਰ ਕੋਲੇ, ਕਿਉਂਕਿ ਇਹ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਪਿਛਲੇ ਅੰਦੋਲਨ 'ਚ, ਸਵਯਂ ਪ੍ਰਧਾਨ ਮੰਤਰੀ ਜੀ ਇਹਨਾਂ ਗੱਲਾਂ 'ਤੇ ਬੋਲਦੇ, ਆਸਥਾ ਸੀਗੀ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ। ਮੰਗਾਂ ਤਾਂ ਛੱਡੋ, ਕੀ ਮੰਗਣੀਆਂ, ਸਾਡੇ 'ਤੇ ਜਬਰ ਕੀਤਾ, ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ, 450 ਕਿਸਾਨ ਜ਼ਖਮੀ ਹੋਇਆ, ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ। ਔਰ ਜਿਸ ਕਿਸਮ ਦਾ ਜਬਰ ਹੋਇਆ ਸਾਰੇ ਗੱਲ ਨੂੰ ਅਸੀਂ ਦੇਸ਼ 'ਚ ਲੈ ਕੇ ਗਏ ਹਾਂ। ਔਰ ਕੋਈ ਵੀ ਗੋਲੀਆਂ ਮਾਰਨ ਵਾਲੀ ਸਰਕਾਰ ਨੂੰ, ਜਬਰ ਕਰਨ ਵਾਲੀ ਸਰਕਾਰ ਨੂੰ ਕੋਈ ਵੀ ਦੇਸ਼ ਦਾ ਕਿਸਾਨ ਮਜ਼ਦੂਰ ਦੋਹਰੇ ਸੱਤਾ 'ਚ ਨਹੀਂ ਲਿਆਉਣਾ ਚਾਹੁੰਦਾ ਹੈਗਾ। ਔਰ ਦੇਖ ਲਿਆ, ਜਿਹੜੇ ਕਹਿੰਦੇ ਸੀ 400 ਤੋਂ ਪਾਰ, ਅਸੀਂ ਕਹਿੰਦੇ ਦੇਸ਼ ਫੈਸਲਾ ਕਰੂਗਾ ਵੀ 400 ਤੋਂ ਪਾਰ ਕੇ ਸੱਤਾ ਤੋਂ ਬਾਹਰ, ਤਾਂ ਉਹ 540 ਤੇ ਸਿੰਗੜ ਗਿਆ। ਇਹ ਰਿਜ਼ਲਟ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਗਨੋਰ ਕਰਨਾ, ਉਹਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਰਿਜ਼ਲਟ ਆਏ ਨੇ। ਉੱਤਰ ਭਾਰਤ ਦੀ ਪੂਰੀ ਦੀ ਗੱਲ ਕਰ ਲਈਏ, ਇਕੱਲੇ ਜੇਕਰ ਪੰਜਾਬ ਦੀ ਵੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਪਿੰਡਾਂ ਦੇ ਵਿੱਚ ਜਿੱਥੇ ਪਹਿਲਾਂ BJP ਭਾਵੇਂ 2 ਸੀਟਾਂ ਸੀ, ਇਸ ਵਾਰ 0 ਤੇ ਆ ਕੇ ਸਿਮਟ ਗਈ ਹੈ, ਕਿਸਾਨ ਅੰਦੋਲਨ ਦਾ ਪੰਜਾਬ ਦੇ ਕਿਹੜੇ ਕਿਹੜੇ ਹਿੱਸੇ ਤੇ ਜ਼ਿਆਦਾ ਅਸਰ ਪਿਆ? ਤੇ ਦੇਖੋ, ਇੱਕ ਤਾਂ ਹੈਗਾ ਸੀਟਾਂ ਉਹਨੇ ਗਵਾਲੀਆਂ, ਉਹਨਾਂ ਦੀ ਪਰੰਪਰਾਗਤ ਸੀਟਾਂ ਇੱਕ ਤਾਂ ਹੁਸ਼ਿਆਰਪੁਰ ਸੀ, ਗੁਰਦਾਸਪੁਰ ਸੀ, ਅੰਮ੍ਰਿਤਸਰ ਤੋਂ ਤਾਂ ਹੋ ਗਏ। ਜੇ ਐਤਕੀ ਕੋਈ ਵੋਟ ਬੈਂਕ ਵੀ ਆਇਆ ਉਹਨਾਂ ਨੂੰ ਤਾਂ ਉਹਨਾਂ ਦਾ ਨਹੀਂ ਹੈਗਾ, ਕਿਉਂਕਿ ਬਿੱਟੂ ਸਾਹਿਬ ਪਹਿਲਾਂ ਕਾਂਗਰਸੀ ਰਹੇ ਨੇ, ਉਹਨਾਂ ਦਾ ਪਿਓ ਮੁੱਖ ਮੰਤਰੀ ਰਿਹਾ, ਇਹਦਾ ਆਧਾਰ ਹੋਊ। ਜਾਂ ਇੱਧਰ ਪਟਿਆਲੇ ਦੇ ਵਿੱਚ ਇਹਨਾਂ ਜਿਹੜੇ ਵੀ ਉਹਨਾਂ ਕੋਲੇ ਬਾਹਰੋਂ ਆਏ ਆ MP ਵਗੈਰਾ, ਸੁਨੀਲ ਸੈਲੀਬ੍ਰੇਟ ਕਰ ਰਹੀ ਕਿ ਸਾਡਾ ਹੁਣ ਕਰਦਾ ਰਹੇ ਜੀ। ਸੁਨੀਲ ਜਾਖੜ ਵੀ ਤਾਂ ਕਾਂਗਰਸ ਦੀ ਪਤਾ ਵਿੱਚ, ਉਹਨਾਂ ਨੂੰ ਜਿਹੜੀਆਂ ਵੋਟ ਪ੍ਰਸੈਂਟ ਮਿਲਿਆ ਉਹ ਵੀ ਦੂਜੀਆਂ। ਹਾਂ, ਤੁਸੀਂ ਹੰਸਰਾਜ ਉਹਨਾਂ ਦੇ ਪੱਕੇ ਸੀਗੇ, ਉਹਨਾਂ ਦਾ ਵੋਟ ਪ੍ਰਸੈਂਟ ਕੱਢ ਲਓ, ਠੀਕ ਹੈ ਨਾ। ਵੋਟ ਪ੍ਰਸੈਂਟ ਤਾਂ ਜਿਹੜਾ ਭਾਜਪਾ ਦਾ ਪੱਕਾ ਲੀਡਰ ਸੀ ਉਹਨਾਂ ਦਾ ਕੱਢ ਕੇ ਵਿਖਾ ਲਓ, ਇਹ ਤਾਂ ਸਿਰਫ ਦੂਜੇ ਜਿਹੜੇ ਆਏ ਸੀ ਡਰ ਚੋਂ ਆ ਗਏ, ਕਿਹੜੀ ਗੱਲ ਚੋਂ ਆਏ, ਕਿਹੜੀ, ਉਹਨਾਂ ਕਰਕੇ ਵੋਟ ਪ੍ਰਸੈਂਟ ਆ। ਅਗਲੀ ਵਾਰੀ ਇਹ ਵੀ ਨਹੀਂ ਦਿਖੂਗਾ। ਚੋਣਾਂ ਤੋਂ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਸੀ ਕਿ ਕਾਂਗਰਸ ਵੱਲੋਂ ਜਿਹੜਾ ਸਪੌਂਸਰਡ ਧਰਨਾ ਲੱਗਿਆ ਹੋਇਆ, ਕਾਂਗਰਸ ਨੂੰ ਇਹ ਫਾਇਦਾ ਦੇਣਾ ਚਾਹੁੰਦੇ ਆ, ਤਾਂ ਲੱਗਦਾ ਕਿ ਜਿਹੜਾ BJP ਦਾ ਵੋਟ ਪ੍ਰਸੈਂਟ ਘਟਿਆ ਜਾਂ ਫਿਰ ਪੂਰੇ ਦੇਸ਼ ਭਰ ਦੀ ਗੱਲ ਕਰ ਲਈਏ, ਸੀਟਾਂ ਤੱਕ ਨਹੀਂ ਆਈਆਂ ਬਹੁਤ ਸਾਰੇ ਪ੍ਰਦੇਸ਼ਾਂ ਦੇ ਵਿੱਚ, ਸੋ ਉਹ ਜਿਹੜਾ ਕ੍ਰੈਡਿਟ ਹੈ ਕਿਸਾਨ ਅੰਦੋਲਨ ਦਾ ਉਹ ਕਿਤੇ ਨਾ ਕਿਤੇ ਕਾਂਗਰਸ ਨਹੀਂ? ਦੇਖੋ, ਇਹ ਤਾਂ ਆਮ ਆਦਮੀ ਵੀ ਕਹਿੰਦੇ ਸੀ, ਹੁਣ ਆਮ ਆਦਮੀ ਦਾ ਕੀ ਬਣਿਆ ਪੰਜਾਬ 'ਚ, ਹਰਤਾ ਇਹ ਵੀ ਗਏ, ਤਾਂ ਮੈਨੂੰ ਲੱਗਦਾ ਇੰਨੀ ਕੋਈ ਰੌਲਾ ਹੈਗਾ ਕਿਸੇ ਨੂੰ ਕ੍ਰੈਡਿਟ? ਜਾਂ ਤਾਂ ਕਾਂਗਰਸੀਆਂ ਦੇ ਖਿਲਾਫ ਹੀ ਸੰਗਤ, ਜੇ ਕਾਂਗਰਸੀ ਸਰਕਾਰ ਆ ਜਾਂਦੀ ਅਸੀਂ ਕਿਹੜਾ ਜਾਣਾ ਸੀ ਉੱਠ ਕੇ ਅੰਦੋਲਨ ਦਾ? ਫਿਰ ਵੀ ਹੁਣ ਵੀ ਜੋ ਕੁਝ ਹੋ ਗਿਆ, ਕੱਲ ਨੂੰ ਕੋਈ ਬਣ ਜਾਵੇ, ਕੋਈ ਸੱਤਾ 'ਚ ਸਰਕਾਰ ਆਵੇ, ਸੱਤਾ ਨਾਲ ਸੰਘਰਸ਼ ਕਰਨਾ, ਨਾ ਕਿ ਕਿਸੇ ਪਾਰਟੀ ਨਾਲ। ਹਾਂ, ਜਿਹੜੀ ਪਾਰਟੀ ਸੱਤਾ ਵਿੱਚ ਜਾ ਕੇ ਕਿਸਾਨਾਂ ਨੂੰ ਗੋਲੀਆਂ ਮਾਰੂਗੀ, ਅਸੀਂ ਕਿਵੇਂ ਚਾਹਾਂਗੇ ਉਹ ਦੋਹਰੇ ਸੱਤਾ 'ਚ ਆਵੇ? ਸਾਹਿਬ, ਕੱਲ ਜੋ ਘਟਨਾ ਹੋਈ ਹੈ ਏਅਰਪੋਰਟ ਤੇ ਚੰਡੀਗੜ੍ਹ ਦੇ ਵਿੱਚ, ਕੰਗਨਾ, ਹਾਲਾਂਕਿ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਤਾ ਕਿ ਜਾਂਚ ਦਾ ਵਿਸ਼ਾ ਹੈ, ਲੇਕਿਨ ਜਿਸ ਤਰੀਕੇ ਜਾਂਚ ਇੱਕ ਵੱਖਰੀ ਗੱਲ ਹੈ, ਲੇਕਿਨ ਜਦੋਂ ਕੁਲਵਿੰਦਰ ਕੌਰ ਉਹਨਾਂ ਨੇ ਪਬਲਿਕਲੀ ਕਹਿਤਾ ਕਿ ਜਿਨ੍ਹਾਂ ਨੇ 100 ਰੁਪਿਆ ਦੇਣ ਦੀ ਗੱਲ ਆਖੀ ਸੀ ਕੰਗਨਾ ਰਣੌਤ ਨੇ, ਮੈਂ ਤਾਂ ਕਰਕੇ ਇਹ ਸਭ ਕੀਤਾ, ਤੁਸੀਂ ਇਹ ਜਸਟੀਫਿਕੇਸ਼ਨ ਦੇ ਦਿਓ ਕਿ ਇਹ ਤੁਹਾਨੂੰ ਸਹੀ ਲੱਗਦਾ? ਹਾਲਾਂਕਿ ਠੀਕ ਹੈ, ਉਹਨਾਂ ਨੇ ਜੋ 100 ਰੁਪਏ ਵਾਲੀ ਗੱਲ ਕਹੀ ਸੀ ਉਦੋਂ ਮੀਡੀਆ ਨੇ ਵੀ ਬੜਾ ਉਛਾਲਿਆ ਸੀ ਔਰ ਉਹਨਾਂ ਨੂੰ ਟ੍ਰੋਲ ਵੀ ਬੜਾ ਕੀਤਾ ਗਿਆ ਸੀ, ਉਹਨਾਂ ਨੇ ਮਾਫੀ ਮੰਗ ਲਈ, ਉਸ ਤੋਂ ਬਾਅਦ ਇਹ ਜਿਹੜਾ ਚੈਪਟਰ ਬਾਰ ਬਾਰ ਕਲੋਜ਼ ਕਰਨਾ, ਤਾਂ ਉਹਨਾਂ ਦਾ ਮਾਹੌਲ ਕਿਦਾਂ? ਦੇਖ, ਇਹ ਨਹੀਂ ਹੁੰਦਾ, ਕਈ ਚੀਜ਼ਾਂ ਲੋਕ ਭੁੱਲਦੇ ਨਹੀਂ ਹੁੰਦੇ, ਨਾ 84 ਭੁੱਲ ਜਾਣੀ ਲੋਕਾਂ ਨੇ, ਨਾ ਕੋਈ ਹੋਰ ਵੱਡੇ ਇਸ਼ੂ ਭੁੱਲਣੇ ਨੇ, ਤਾਂ ਜਦੋਂ ਕੋਈ ਘਟਨਾਵਾਂ ਘਟਨਾ ਨਾਲ ਜੁੜ ਜਾਂਦੀ ਆ, ਉਹ ਭਾਵਨਾ ਭੜਕ ਉੱਠਦੀਆਂ,
ਕੌਣ ਕਿਸਾਨ ਲੀਡਰ ਚਾਹੂਗਾ ਅਜਿਹਾ ਹੋਵੇ। ਪਰ ਮੈਂ ਨਾ ਇੱਕ ਸਧਾਰਨ ਕੋਈ ਸਿਕਿਉਰਿਟੀ ਜਵਾਨ ਦਾ, ਸਧਾਰਨ ਕਿਸਾਨ ਮਜ਼ਦੂਰ ਦਾ, ਅਰ ਇੱਕ ਸੈਲੀਬ੍ਰਿਟੀ ਦਾ, ਚੁਣੀ ਹੋਈ MP ਦਾ ਫਰਕ ਤਾਂ ਹੋਣਾ ਹੀ ਚਾਹੀਦਾ ਨਾ, ਕਿ ਉਹ ਦੋਵਾਂ 'ਚ ਫਰਕ ਹੋਵੇ ਵੀ ਇਸ ਕਿਸਮ ਦਾ ਬਿਹੇਵ ਮੈਂ ਨਹੀਂ ਕਰਨਾ, ਅਸੀਂ ਚੁਣੇ ਹੋਏ ਨੁਮਾਇੰਦੇ ਹਾਂ। ਹਾਂ, ਸਾਡਾ ਕਿਸਾਨ ਲੀਡਰ ਕੋਈ ਅਜਿਹਾ ਕਰਦਾ ਸੀ ਠੋਕ ਦੇ, ਕਿਉਂਕਿ ਦੇਖੋ ਸਧਾਰਨ ਬੰਦੇ ਦੇ ਅੰਦਰ ਭਾਵਨਾਵਾਂ ਦੱਬੀਆਂ ਰਹਿ ਜਾਂਦੀਆਂ ਨੇ, ਜਦੋਂ ਮੌਕਾ ਮਿਲਦਾ ਪ੍ਰਗਟ ਕਰਦਾ। ਅਜਿਹੀਆਂ ਘਟਨਾ ਪਹਿਲੀ ਵਾਰ ਤਾਂ ਨਹੀਂ ਹੈਗੀਆਂ, ਪਹਿਲੀ ਵਾਰ ਵੀ ਤਾਂ ਦੇਸ਼ ਦੇ ਵੱਡੇ ਵੱਡੇ ਨੇਤਾਵਾਂ ਨੂੰ ਜੁੱਤੀਆਂ ਮਾਰੀਆਂ ਗਈਆਂ, ਠੀਕ ਹੈ, ਚਪੇੜਾਂ ਵੱਜੀਆਂ ਨੇ, ਠੀਕ ਹੈ ਨਾ, ਇਹ ਘਟਨਾ ਪਹਿਲੀ ਨਹੀਂ ਹੈ। ਬਟ ਘੱਟ ਗਿਣਤੀਆਂ ਕਰਕੇ ਇਹਨੂੰ ਵੱਧ ਛਾਲਿਆ ਜਾਂਦਾ, ਅੰਦੋਲਨਕਾਰੀ ਕਰਕੇ ਵੱਧ ਟਾਰਗੇਟ ਕੀਤਾ ਜਾਂਦਾ, ਜੋ ਮੈਨੂੰ ਨਜ਼ਰ ਆ ਰਿਹਾ। ਸਰ, ਤੁਹਾਨੂੰ ਸਵਾਲ ਆਪਾਂ ਇਸ ਕਰਕੇ ਕਰ ਰਹੇ ਕਿਉਂਕਿ ਕਿਸਾਨ ਜਥੇਬੰਦੀ ਹੋਰ ਵੀ ਨੇ ਜਿਹੜੀਆਂ ਸਨਮਾਨਿਤ ਕਰ ਰਹੀਆਂ ਨੇ। ਵਿਸ਼ਾ ਇੱਥੇ ਇਹ ਨਹੀਂ ਹੈ ਕਿ ਉਹਨਾਂ ਨੇ ਥੱਪੜ ਮਾਰ ਦਿੱਤਾ ਜਾਂ ਭਾਵਨਾਵਾਂ ਦੱਬੀਆਂ ਸੀ, ਉਹਨਾਂ ਨੇ ਬਦਲਾ ਲੈ ਲਿਆ। ਵਿਸ਼ਾ ਇੱਥੇ ਇਹ ਹੈ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਵਰਦੀ ਦੇ ਵਿੱਚ, ਦੂਸਰੀ ਗੱਲ ਕੀ ਤੁਹਾਨੂੰ ਲੱਗਦਾ ਜਾਇਜ਼ ਜਾਂ ਥੱਪੜ ਮਾਰ ਕੇ ਜਵਾਬ ਲੈਣਾ, ਜਾਂ ਜੇ ਤੁਹਾਨੂੰ ਲੱਗਾ ਕਿ ਬਦਸਲੂਕੀ ਸ਼ਬਦਾਂ ਦੇ ਨਾਲ ਹੋ ਰਹੀ ਤਾਂ ਸ਼ਬਦੀ ਵਾਰ ਹੋ ਸਕਦਾ ਸੀ, ਸ਼ਬਦੀ ਵਾਰ ਜ਼ਿਆਦਾ ਸਹੀ ਲੱਗਦਾ ਜਾਂ ਫਿਰ ਥੱਪੜ ਮਾਰ ਕੇ, ਕਿਉਂਕਿ ਇਹ ਟ੍ਰੈਂਡ ਸੈੱਟ ਨਹੀਂ ਹੋ ਸਕਿਆ ਤੁਹਾਨੂੰ ਲੱਗਦਾ? ਨਹੀਂ, ਠੀਕ ਆ ਤੁਹਾਡੀ ਗੱਲ, ਪਰ ਮੈਂ ਨਾ ਵੀ ਉਹ ਘਟਨਾਵਾਂ ਜਿਹੜੀ ਘਟਨਾ ਉਹ ਤੋਂ ਪਹਿਲਾਂ ਹੋ ਰਹੀ ਆ, ਜਿਹੜੀ ਅਸੀਂ ਬੋਲ ਵੀ ਰਹੇ ਹਾਂ, ਖਾਲਿਸਤਾਨੀ ਕੌਰ ਕਹਿਣਾ ਜਾਂ ਹੋਰ ਗੱਲਾਂ ਕਰਨੀਆਂ, ਇਹ ਘਟਨਾ ਉਹ ਸਾਹਮਣੇ ਲਿਆ ਨਹੀਂ ਰਹੇ। CCTV 'ਚ ਸਾਰੀ ਆਉਣਾ ਚਾਹੀਦਾ ਜਾਂਚ, ਵੀ ਮੌਕੇ ਤੇ ਜਿਹੜਾ ਪ੍ਰਮੋਖ ਹੋਈ ਆ ਕੁੜੀ ਉਹ ਕਿਹੜੇ ਗੱਲਾਂ ਤੋਂ ਹੋਈ ਆ। ਤੁਸੀਂ ਔਰਤ ਨੂੰ ਬੋਲ ਕੇ ਕਹਿਤਾ ਨਾ ਕਿ ਤੁਸੀਂ ਔਰਤ ਨੂੰ ਕੁਝ ਅਜਿਹਾ ਕਹੋ ਜਿਹੜੀ ਉਹ ਬਰਦਾਸ਼ਤ ਨਹੀਂ ਕਰਦੀ, ਤੋ ਅਟੈਕ ਕਰੂਗੀ? ਐ ਨਹੀਂ ਹੋ ਸਕਦਾ ਵੀ ਅਟੈਕ ਨਹੀਂ ਕਰੂਗੀ। ਹੁਣ ਉੱਥੇ ਕਿਹਾ ਕੀ ਗਿਆ, ਜਾਂਚ ਦਾ ਵਿਸ਼ਾ। ਸੋ ਹਾਲਾਂਕਿ ਕਿਸਾਨ ਜਥੇਬੰਦੀਆਂ ਭਾਵੇਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫਿਲਹਾਲ ਸਾਰਾ ਵਿਸ਼ਾ ਜਿਹੜਾ ਉਹ ਜਾਂਚਦਾ ਹੈ ਕਿ ਆਖਿਰ ਕੀ ਵਜ੍ਹਾ ਬਣੀ ਕਿ ਕਿਉਂ ਪ੍ਰਵੋਕ ਕੀਤਾ ਗਿਆ। ਸੋ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫਿਲਹਾਲ ਜਿਹੜਾ ਸਾਰਾ ਉਹਨਾਂ ਦਾ ਧੁਰਾ ਜਾਂ ਸਾਰਾ ਜਿਹੜਾ ਸਪੋਰਟ ਹੈ ਉਹ ਕੁਲਵਿੰਦਰ ਕੌਰ ਨੂੰ ਜਾ ਰਿਹਾ। ਜਰਨਲਿਸਟ ਗੁਰੀ ਦੇ ਨਾਲ ਪ੍ਰਿਯੰਕਾ ਮੀਨੂ, ਡੇਲੀ ਪੋਸਟ, ਪੰਜਾਬ, ਹਿਮਾਚਲ, ਚੰਡੀਗੜ੍ਹ।